ਇਹ ਜੰਪੋ ਪੰਪ ਕਾਫੀ ਤਾਦਾਦ ਵਿੱਚ ਪਾਣੀ ਸਿੱਟਦਾ ਹੈ ਇਸ ਲਈ ਤੁਹਾਨੂੰ ਜ਼ਰੂਰਤ ਹੈ ਇੱਕ ਵੱਡੇ ਸਿਲੰਡਰ ਵਰਗੇ ਡੱਬੇ ਸੀਡੀ ਕਵਰ ਤੇ ਕੁਝ ਹੋਰ ਚੀਜ਼ਾਂ ਦੀ ਕੈਂਚੀ ਨਾਲ ਸੀਡੀ ਕਵਰ ਵਿੱਚੋਂ ਇੱਕ ਗੋਲ ਆਕਾਰ ਪਿਸਟਨ ਕੱਟੋ ਇਹ ਪਿਸਟਨ ਜ਼ਾਰ ਵਿੱਚ ਫਿੱਟ ਆਉਣਾ ਚਾਹੀਦਾ ਹੈ ਇੱਕ 8 ਮਿਲੀਮੀਟਰ ਦਾ ਛੇਦ ਵਾਲਵ ਦੇ ਪਾਸੇ ਤੇ ਕਰੋ ਇਸ ਦੇ ਵਿਚਕਾਰ ਇੱਕ ਛੋਟਾ ਛੇਦ ਬਣਾਓ ਤਾਂ ਕਿ ਗੱਜ ਟਿਕ ਸਕੇ ਇੱਕ ਟੇਪ ਦਾ ਟੁਕੜਾ ਲਓ ਤੇ ਇਸ ਨੂੰ ਅੱਧ ਵਿਚਕਾਰ ਤੋਂ ਮੋੜੋ ਦੋਹਰੇ ਹਿੱਸੇ ਤੇ ਕੋਈ ਗੂੰਦ ਨਹੀਂ ਹੋਵੇਗੀ ਟੇਪ ਦੇ ਇੱਕ ਹਿੱਸੇ ਨੂੰ ਵੱਡੇ ਛੇਦ ਤੇ ਚਿਪਕਾਓ ਦੋਹਰਾ ਹਿੱਸਾ ਛੇਦ ਦੇ ਉੱਪਰ ਆ ਜਾਏਗਾ ਇਹ ਫਲੈਪ ਬੰਦ ਹੋਵੇਗਾ ਤੇ ਖੁੱਲੇਗਾ ਤੇ ਇਸ ਵਾਲਵ ਰਾਹੀਂ ਨਿਕਾਸ ਹੋਵੇਗਾ ਇੱਕ ਮੋਟਾ ਸਾਈਕਲ ਦਾ ਗੱਜ ਲਓ ਤੇ ਇਸ ਨੂੰ ਪੇਚ ਤੇ ਕੱਸੋ ਇਸ ਨੂੰ ਪਿਸਟਨ ਵਿੱਚ ਫਿੱਟ ਕਰੋ ਤੇ ਦੂਸਰਾ ਨਟ ਕੱਸੋ ਇਸ ਨਾਲ ਕੌਨਰੋਡ ਪਿਸਟਨ ਤੇ ਵਾਲਵ ਇਕੱਠੇ ਹੋਣਗੇ ਕੈਂਚੀ ਨਾਲ ਜ਼ਾਰ ਦੇ ਤਲੇ ਤੇ ਇੱਕ ਛੇਦ ਕਰੋ ਗੱਜ ਦੇ ਵਾਸਤੇ ਸਿਲੰਡਰ ਦੇ ਤਲੇ ਤੇ ਇੱਕ ਹੋਰ ਛੇਦ ਕਰੋ ਤੇ ਇੱਕ ਸਖਤ ਪਾਈਪ ਫਿੱਟ ਕਰੋ ਇਹ ਪਾਈਪ ਨਿਕਾਸ ਲਈ ਹੋਵੇਗੀ ਢੱਕਣ ਦੇ ਛੇਦ ਦੇ ਉੱਪਰ ਇੱਕ ਹੋਰ ਵਾਲਵ ਲਗਾਓ ਇਹ ਖਿੱਚਣ ਵਾਲਾ ਵਾਲਵ ਹੋਵੇਗਾ ਕੌਨ ਰੋਡ ਪਿਸਟਨ ਨੂੰ ਸਿਲੰਡਰ ਵਿੱਚ ਫਿੱਟ ਕਰੋ ਆਖਿਰ ਵਿੱਚ ਸਕਸ਼ਨ ਵਾਲਵ ਤੇ ਢੱਕਣ ਲਗਾਓ ਹੁਣ ਇਹ ਪੰਪ ਤਿਆਰ ਹੈ ਪਿਸਟਨ ਨੂੰ ਹਿਲਾਉਣ ਤੇ ਵਾਲਵ ਬੰਦ ਹੋਵੇਗਾ ਅਤੇ ਖੁੱਲ੍ਹੇਗਾ ਫਿਰ ਇਸ ਪੰਪ ਨੂੰ ਪਾਣੀ ਦੇ ਜਾਰ ਵਿੱਚ ਰੱਖੋ ਇਸ ਨੂੰ ਜ਼ੋਰ ਨਾਲ ਦਬਾਓ ਫਿਰ ਖੂਬ ਪਾਣੀ ਨਿਕਲੇਗਾ